ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਨਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। PSSB ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਹੈ। ਇਹਨਾਂ ਨੇ ਤੁਹਾਡੇ ਲਈ 62 ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀਆਂ ਵੈਕੈਂਸੀਜ਼ ਕੱਢੀਆਂ ਨੇ, ਜਿਨ੍ਹਾਂ ਦੀ ਪੇਪਰ ਅਪਲਾਈ ਕਰਨ ਦੀ ਡੇਟ 8 ਮਾਰਚ 2024 ਸਟਾਰਟ ਹੋਏਗੀ ਅਤੇ ਇਹਦੀ ਲਾਸਟ ਡੇਟ ਹੈ ਜਿਹੜੀ 5 ਅਪ੍ਰੈਲ 2024 ਨੂੰ ਹੋਏਗੀ ਸ਼ਾਮ 5 ਵਜੇ ਤੱਕ, ਅਤੇ ਇਹਦੀ ਪੇਪਰ ਦੀ ਫੀਸ ਭਰਨ ਦੀ ਜਿਹੜੀ ਲਾਸਟ ਡੇਟ ਹੈਗੀ ਹੈ ਉਹ 10 ਅਪ੍ਰੈਲ 2024 ਰਹੇਗੀ। ਹੁਣ ਇਹਦੇ ਵਿੱਚ ਜਿਹੜਾ ਹੈ ਆਪਣੀ ਕੈਟਾਗਰੀ ਵਾਈਜ਼ ਸੈਗਰੀਗੇਸ਼ਨ ਦੇਖਣੀ ਹੈ, ਤੁਸੀਂ ਇਹ ਟੇਬਲ ਦੇ ਵਿੱਚ ਚੈੱਕ ਕਰ ਸਕਦੇ ਹੋ, ਜਿਹਦੇ ਵਿੱਚ ਕੀ ਹੈ ਜਨਰਲ SC OBC ਇਹ ਸਾਰਿਆਂ ਦੀ ਜਿਹੜੀ ਕੈਟਾਗਰੀ ਵਾਈਜ਼ ਸੈਗਰੀਗੇਸ਼ਨ PSSB ਦੁਆਰਾ ਦਿੱਤੀ ਗਈ ਹੈਗੀ ਹੈ। ਹੁਣ ਤੁਹਾਨੂੰ ਪਤਾ ਜੀ ਆਪਣਾ ਜਿਹੜਾ ਪੇਪਰ ਦਾ ਇਗਜ਼ਾਮ ਪੈਟਰਨ ਦੇ ਲਈ ਕੁਆਲੀਫਿਕੇਸ਼ਨ ਕੀ ਕੀ ਹੋਣੀ ਚਾਹੀਦੀ ਹੈ। ਪਹਿਲਾਂ ਤਾਂ ਜਿਹੜਾ ਹੈ ਤੁਹਾਡੀ ਕੁਆਲੀਫਿਕੇਸ਼ਨ ਦੇ ਵਿੱਚ 50% ਤੋਂ ਅਬਵ ਮਾਰਕਸ ਦੇ ਨਾਲ ਤੁਹਾਨੂੰ ਜਿਹੜਾ ਹੈ ਕੈਟਾਗਰੀ ਪਾਸ ਕੀਤੀ ਜਾਂ ਡਿਗਰੀ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਇੱਕ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਕੁਆਲੀਫਾਇੰਗ ਟੈਸਟ ਵੀ ਹੋਏਗਾ, ਪੇਪਰ ਇਗਜ਼ਾਮ ਹੋਣ ਤੋਂ ਬਾਅਦ ਉਹ ਵੀ ਪਾਸ ਕਰਨਾ ਪਏਗਾ। ਅਤੇ ਇਸ ਤੋਂ ਇਲਾਵਾ ਕੀ ਹੈ ਤੁਹਾਡੇ ਕੋਲ ਇੱਕ ਕੰਪਿਊਟਰ ਸਰਟੀਫਿਕੇਟ ਵੀ ਹੋਣਾ ਚਾਹੀਦਾ ਜਿਹੜਾ ਕਿ ISO 9001 ਸਰਟੀਫਾਈਡ ਹੋਣਾ ਚਾਹੀਦਾ ਹੈਗਾ। ਆਪਣੀ ਜਿਹੜੀ ਪੇਪਰ ਦੀ ਫੀਸ ਹੈਗੀ ਹੈ ਜਨਰਲ ਕੈਟੇਗਰੀ ਦੇ ਲਈ 1000 ਰੁਪਏ ਹੈ, SC BC ਕੈਟੇਗਰੀ ਦੇ ਲਈ 250 ਰੁਪੀਜ਼ ਹੈ, ਅਤੇ ਐਕਸ ਸਰਵਿਸਮੈਨ ਲਈ 200 ਅਤੇ ਹੈਂਡੀਕੈਪਟ ਪਰਸਨ ਲਈ 500 ਰੁਪਏ ਹੋਏਗੀ। ਅਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ ਜੀ, ਜਿਹੜੇ ਆਪਣੇ SC BC ਜਾਂ ਜਿਹੜੇ ਆਪਣੇ ਰਿਜ਼ਰਵੇਸ਼ਨ ਦਾ ਫਾਇਦਾ ਲੈਣਾ ਚਾਹ ਰਹੇ ਨੇ ਕੈਂਡੀਡੇਟਸ, ਉਹਨਾਂ ਨੂੰ ਆਪਣੇ ਡੋਮੀਸਾਈਲ ਦਾ ਸਰਟੀਫਿਕੇਟ ਹੋ ਗਿਆ ਜਾਂ EWS ਦੇ ਸਰਟੀਫਿਕੇਟ ਆਲਰੇਡੀ ਤਿਆਰ ਰੱਖਣੇ ਪੈਣਗੇ। ਇਸ ਦੇ ਨਾਲ ਹੀ ਜਿਹੜਾ ਹੈ ਜੀ ਇਹਦੇ ਵਿੱਚ ਆਪਣੀ ਜਿਹੜੀ ਸੈਲਰੀ ਦਿੱਤੀ ਜਾਊਗੀ ਉਹ 7th Pay Commission ਦੇ ਅਕੋਰਡਿੰਗ 35,400 ਰੁਪਏ ਹੀ ਦਿੱਤੀ ਜਾਏਗੀ। ਗਿਆਨਮ ਨੇ ਇਹਦੇ ਲਈ ਜਿਹੜਾ ਹੈ ਔਨਲਾਈਨ ਅਤੇ ਆਫਲਾਈਨ ਬੈਚਿਸ ਸ਼ੁਰੂ ਕਰ ਦਿੱਤੇ ਨੇ, ਸਾਡੇ ਨਾਲ ਜੁੜ ਕੇ ਤੁਸੀਂ ਆਪਦੀ ਤਿਆਰੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਸਕਦੇ ਹੋ। ਸਾਡੇ ਨਾਲ ਜੁੜਨ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਨੰਬਰਾਂ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੋ ਜੀ। ਥੈਂਕ ਯੂ।